ਏ ਆਕਾਸ਼ਵਾਣੀ ਜੰਮੂ ਹੈ ਤੁਸ ਵਿਜੇ ਪਾਜ ਕੋ ਲਖਬਾਰਾਂ ਸੁਨੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਖਿਆ ਜੇ ਵਿਦਿਆਰਥੀਆਂ ਦੀ ਸਿਹਤ ਤੇ ਕਲਿਆਣ ਉੰਦੀ ਸਰਕਾਰ ਦੀ ਸਭਨੇ ਸਭ ਵੱਡੀ ਪ੍ਰਾਥਮਿਕਤਾ ਹੈ ਕੱਲ ਟਵਿੱਟਰ ਉੱਪਰ ਅਭਿਭਾਵਕਾਂ ਤੇ ਅਧਿਆਪਕਾਂ ਦੀ ਪਰਤੇ ਦਿੰਦੀ ਹੋਈ ਸ਼੍ਰੀ ਮੋਦੀ ਹੋਰ ਆਖਿਆ ਜੇ ਅਧਿਆਪਕਾਂ ਪਿਛਲੇ ਬਰੇ ਦੌਰਾਨ ਬੜੀ ਸ਼ਾਨਦਾਰ ਭੂਮਿਕਾ ਅਦਾ ਕੀਤੀ ਸੀ ਉਹਨੇ ਵਿਦਿਆਰਥੀਆਂ ਦੀ ਪੂਰਾ ਪੂਰਾ ਸਹਿਯੋਗ ਦੇਣੇ ਤੇ ਪੜ੍ਹਾਈ ਲਿਖਾਈ ਦੀ ਲਗਾਤਾਰ ਜਾਰੀ ਰੱਖਣੇ ਲਈ ਸਭ ਨੇ ਅਧਿਆਪਕਾਂ ਦੀ ਸਰਾਹਨਾ ਕੀਤੀ ਉਹਨੇ ਆਖਿਆ ਜੇ ਇਹ ਸਭ ਨੇ ਵਿਦਿਆਰਥੀਆਂ ਵਾਸਤੇ ਬੜਾ ਮੁਸ਼ਕਲੇ ਭਰੋਚਾ ਬਰਾ ਰਿਹਾ ਹੈ 12ਵੀਂ ਜਮਾਤ ਦੇ ਬੋਰਡ ਮਤਿਆਨ ਰੱਦ ਹੋਣੇ ਬਾਰੇ ਪ੍ਰਧਾਨ ਮੰਤਰੀ ਹੋਰ ਆਖਿਆ ਜੇ ਮੌਜੂਦਾ ਸਮੇਂ 'ਚ ਇਹ ਸਭਨੇ ਸ਼ਾ ਬਿਹਤਰ ਤੇ ਵਿਦਿਆਰਥੀਆਂ ਦੇ ਇਤਿਹਾਸ ਲੈਤਾ ਗਿਆ ਫੈਸਲਾ ਹੈ ਉਨੇ ਇਹ ਵੀ ਆਖਿਆ ਜੇ 12ਵੀਂ ਜਮਾਤ ਦੇ ਬੋਰਡ ਮਤਿਆਂ ਨੇ ਬਾਰੇ ਫੈਸਲਾ ਵਿਆਪਕ ਸਲਾਹ ਸੂਤਰ ਤੇ ਬਾਤ ਗਹਿਲਾਤਾ ਗਿਆ ਹੈ ਸ਼੍ਰੀ ਮੋਦੀ ਹੋਰੇ ਇਗਲਾਇਆ ਜੇ ਸਰਕਾਰ ਕੀ ਸਮੂਲਜੇ ਮੁਲਕ ਤਮਸੁਜਾ ਆਸ ਲੋਏ ਹੈ ਜਿਹੜੇ ਵਿਦਿਆਰਥੀਆਂ ਦੇ ਹਿੱਤ ਅੱਜ ਫੈਸਲਾ ਲੈਣੇ ਚ ਬੜੇ ਗੈਰ ਕਾਰੀ ਦੇ ਸਾਬਤ ਹੋਇਨ ਮੁਲਕ ਪਰ ਅੱਜ ਅਜੰਦਾ ਕਰ ਯੋਗੇ ਲਾਭਾਰਥੀਂ ਕੀ ਕੋਵਿਡ ਸ਼ਾ ਬਚਾਇਆ ਲੈ 2.1043693 ਟੀਕੇ ਲਾਇ ਦਿੱਤੇ ਕੇ ਦਿਨ ਪਿਛਲੇ 24 ਘੰਟਿਆਂ ਦੇ ਦੌਰਾਨ ਗਾ ਮੁਲਕ ਭਾਰਤ ਚ 24 ਲੱਖ 26262 ਲੋਕਾਂ ਕੀ ਟੀਕੇ ਲਾਇਏ ਗਏ ਹਨ। ਤੋਂ ਅਹੀਂ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ਚ ਅਜਿੰਤਾ ਘਰ ਕੋਵਿਡ ਸੇ ਬਚਾ ਲੇ 33 ਲੱਖ 68141 ਟੀਕੇ ਲਾਇਏ ਦਿੱਤੇ ਗਏ ਦਿਨ ਇੰਤੇਚਾ 28 ਲੱਖ 12550 ਲ ਭਾਰਤੀਆਂ ਕੀ ਪਹਿਲਾ ਟੀਕਾ ਜਿਸ ਲੇ ਕੇ 553591 ਲੋਕਾਂ ਕੀ ਦੂਆ ਟੀਕਾ ਵੀ ਲਾਇੀ ਦਿੱਤਾ ਗਿਆ ਹੈ। ਦੇਸਾਚ ਕੋਵਿਡ ਥਮਾ ਠੀਕ ਹੋਣ ਦੀ ਦਰ ਦਾ ਸੁਧਰਨਾ ਬਰੋਬਰ ਚੱਲ ਰਹੀ ਹੈ ਤੇ ਅੱਜ ਇਹ ਦਰ ਹੋਰ ਸੁਧਰੀ ਹੈ 92.48% ਹੋ ਗਈ ਹੈ ਅਜਿੰਤ ਅਗਰ 2 ਕਰੋੜ 63 ਲੱਖ 90 ਹਜ਼ਾਰ 584 ਲੋਕ ਇਸ ਮਹਾਮਾਰੀ ਥਮਾ ਠੀਕ ਹੋਏ ਕਿਤੇ ਨੇ ਪਿਛਲੇ 24 ਘੰਟਿਆਂ ਦੇ ਦੌਰਾਨ ਕਾ ਮੁਲਕ ਪਰ ਅਜ 2887 ਮਰੀਜ਼ਾਂ ਦੀ ਮੌਤ ਹੋਈ ਹੈ ਜਿਨ੍ਹਾਂ ਕੀ ਮਿਲਾਈ ਹੈ ਦੇ ਸੱਚ ਅਜੰਤਾਕਰ ਇਸਮਾ ਮਾਰੀ ਕਾਰਨ ਜਾਨਵਾਨੀ ਅਲਿੰਦ ਦੀ ਗਿਣਤਰੀ ਵਧੀ ਹੈ 337999 ਤੱਕ ਜੈਪੁਰ ਜੀ ਹੈ ਤੋ ਅਹੀਂ ਪਿਛਲੇ 24 ਘੰਟਿਆਂ ਦੇ ਦੌਰਾਨ ਮੁਲਕ ਪਰ ਅਥਮਾ ਕੋਵਿਡ ਦੇ 134154 ਨਵੇਂ ਮਾਮਲੇ ਸਾਹਮਣੇ ਆਏ ਨੇ ਜਿਨੇ ਕੀ ਮਿਲਾਈ ਹੈ ਦੇ ਸੱਚ ਅਜੰਤਾਕਰ ਸਾਹਮਣੇ ਆਏ ਕੇ ਦੇ ਕੁੱਲ ਮਾਮਲੇ ਦੀ ਗਿਣਤਰੀ ਵਧੀ ਹੈ 2 ਕਰੋੜ 84 ਲੱਖ 41986 ਹੋਈ ਗਈ ਹੈ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ਚ ਕੱਲ 24 ਮਰੀਜ਼ਾਂ ਦੀ ਕੋਵਿਡ ਮਹਾਮਾਰੀ ਕਾਰਨ ਮੌਤ ਹੋਈ ਗਈ। ਇਨੀ ਆંકੜੇ ਨੂੰ ਮਿਲਾਇਆ ਪ੍ਰਦੇਸ਼ ਚ ਅਜਿੰਤਾਕਰ ਇਸ ਮਹਾਮਾਰੀ ਕਾਰਨ ਜਾਨਮੌਤਾਂ ਦੀ કુલ ਗਿਣਤਰੀ ਵਧੀ ਹੈ 13963 ਹੋ ਗਈ ਹੈ। ਕੱਲ੍ਹ ਉਿਤਿਏ 24 ਮੋਤੇ ਚ 7 ਜਨੇ ਜੰਮੂ ਡਿਵੀਜ਼ਨ ਦੇ ਜਿਸ ਲਈ ਕਿ 17 ਮਰੀਜ਼ ਕਸ਼ਮੀਰ ਕਾਟੀ ਦੇ ਰੌਣੀ ਆਲੇ ਹੀ ਤੋਹਈ ਪ੍ਰਦੇਸ਼ ਚ ਕੱਲ ਕੋਵਿਡ ਦੇ 1718 ਨਵੇਂ ਮਾਮਲੇ ਦਰਜ ਕੀਤੇ ਗਏ ਇਹਨੇ ਨਵੇਂ ਮਾਮਲੇ ਗਿਮਲਾਈ ਹੈ ਪ੍ਰਦੇਸ਼ ਚ ਅਜਿੰਤਰ ਕਰ ਸਾਹਮਣੇ ਆਏ ਕੇ ਤੇ ਕੋਵਿਡ ਦੇ ਕੁੱਲ ਤਸਦੀਕ ਚੋ ਦਾ ਮਾਮਲੇ ਦੀ ਗਿਣਤਰੀ ਹੋਰ ਵਧੀ ਹੈ 294078 ਹੋਈ ਗਈ ਹੈ ਕੱਲ ਸਾਹਮਣੇ ਆਏ ਦੇ ਮਾਮਲੇ ਚ ਸਭਨੇ ਸ਼ਮਤੇ 320 ਮਾਮਲੇ ਸ਼ਰਨਗਰ ਜ਼ਿਲ੍ਹੇ ਥਮਾ ਸਾਹਮਣੇ ਆਏ ਜਿਸ ਲਈ ਕਿ ਜੰਮੂ ਜ਼ਿਲ੍ਹੇ ਥਮਾ 169 ਮਾਮਲੇ ਸਾਹਮਣੇ ਆਏਨ सीट ਤੇ ਮੈਡੀਕਲ ਸਿੱਖਿਆ ਮਹਿਕਮੇ ਦੇ ਮਾਲੀ ਕਮਿਸ਼ਨਰ ਅਟਲ ਦੁੱਲੂ ਨੇ ਪਗਵਤੀ ਨਗਰ ਜੰਮੂ ਚ ਡੀਆਰ ਡੀਓ ਪਾਸਿਆ بنائےਗੇ ਦੇ 500 ਬਿਸਤਰੇ ਦੀ ਸਮਰਥਾ ਵਾਲੇ ਹਸਪਤਾਲ ਦਾ ਦੌਰਾ ਲਾਇਆ ਤੇ ਉੱਥੇ ਉਪਲਬਧ ਕਰਵਾਈ ਜਾ ਰਹੀਆਂ ਦੀ ਸੂਲਤਾਂ ਦਾ ਜਾਇਜ਼ਾ ਲ�ਤਾ ਇਸ ਮੌਕੇ ਜੀਐਮਸੀ ਜੰਮੂ ਦੀਆਂ ਪ੍ਰਿੰਸੀਪਲ ਡਾਕਟਰ ਸ਼ਸ਼ੀ ਸੂਦਨ ਸ਼ਰਮਾ ਵਰਗੇ ਕੰਨੇ ਮੌਜੂਦ ਹੀਆਂ ਉਹਨੇ ਉੱਥੇ ਡਾਕਟਰਾਂ ਤੇ ਨੀਮ ਡਾਕਟਰੀ ਅਮਲੇ ਦੀ ਤੈਨਾਤੀ ਤੇ ਹੋਰ ਦੁਈਆਂ ਸੁਵਿਧਾਆਂ ਜਿਹਾਂ ਆਈਸੀਯੂ ਬਿਸਤਰੇ ਆਕਸੀਜਨ ਦੀ ਸੁਵਿਧਾ ਟ੍ਰਾਇਜ ਸੁਵਿਧਾ ਲੋੜਚਦੇ ਮੈਡੀਕਲ ਉਪਕਰਨ ਤੇ ਹੋਰ ਨੇ ਸਰਬੰਧਤ ਸਹੂਲਤਾਂ ਬਾਰੇ ਜਾਣਕਾਰੀ ਹਾਸਲ ਕੀਤੀ ਮਾਲੀ ਕਮਿਸ਼ਨਰ ਹੋਰੇ ਉੱਥੇ ਉਪਲਬਧ ਕਰਵਾਈ ਜਾ ਰਹੀ ਸਹੂਲਤਾਂ ਪਰ ਸੰਦੋਖ ਸਾਰ ਕੀਤਾ ਤੇ ਇਸ ਹਸਪਤਾਲ ਦੀ ਸਮੇਂ ਸਿਰ ਕਾਇਮ ਕਰਨ ਲਈ ਡੀਆਰਡੀਓ ਦੇ ਯਤਨਾਂ ਦੀ ਸਰਾਹਨਾ ਕੀਤੀ ਉਹਨੇ ਮੇਦਜ਼ਾਰ ਕੀਤੀ ਜੇ ਇਸ ਹਸਪਤਾਲ ਕਰਨਾ ਕੋਵਿਡ ਖਿਲਾਫ ਸਰਕਾਰ ਦੇ ਯਤਨਾਂ ਦੀ ਹੋਰ ਵੀ ਬਲ ਮਿਲੋਗਾ ਜੰਮੂ ਦੇ ਡਿਵੀਜ਼ਨਲ ਕਮਿਸ਼ਨਰ ਡਾਕਟਰ ਰਾਘਵ ਲੰਗਰ ਜਿਹੜੇ ਕਸ਼ਤਵਾਰ ਜ਼ਿਲ੍ਹੇ ਦੇ 3 ਦਿਨੇ ਦੇ ਦੌਰੇ ਪਰਨ ਔਰੇ ਕੱਲ ਮਿੰਨੀ ਸੈਕਟਰੀਏਟ ਚ ਇੱਕ ਬੈਠਕ ਲਾਈ ਗਿਆ ਕਸ਼ਤਵਾਰ ਚ ਚਾਰੀ ਵਿਕਾਸ ਪ੍ਰੋਜੈਕਟ ਨੇ ਦੀ ਪ੍ਰਗਤੀ ਦੀ ਸਮੀਖਿਆ ਕੀਤੀ ਬੈਠਕ ਦੀ ਸ਼ੁਰੂਆਤ ਚ ਡਿਵੀਜ਼ਨਲ ਕਮਿਸ਼ਨਰ ਔਰੇਂ ਕੀ ਜ਼ਿਲ੍ਹੇ ਚ ਤੋੜ-ਚਾੜੇ ਜਾਕਰਦੇ ਬਖ-ਬਖ ਮੱਤਪੂਰਨ ਪ੍ਰੋਜੈਕਟ ਨੇ ਦੀ ਸਥਿਤੀ ਬਾਰੇ ਜਾਣਕਾਰੀ ਦਿੱਤੀ ਗਈ ਡਿਵੀਜ਼ਨਲ ਕਮਿਸ਼ਨਰ ਔਰੇਂ ਕੰਮ ਤੋੜ-ਚਾੜਾ ਕਰਦੇ ਵਿਭਾਗਾਂ ਤੇ ਏਜੰਸੀਆਂ ਪਰ ਜ਼ੋਰ ਪਾਇਆ ਜਿਓ ਇਹਨੇ ਕੀ ਤੈ ਸਮੇਂ ਦੇ ਅੰਦਰ-ਅੰਦਰ ਸਬੂਰਾ ਕਰਵਾਣਾ ਯਕੀ ਸਿੱਤ ਸਰਬੰਧੀ ਸੈਕਟਰ ਦਾ ਜਾਇਜ਼ਾ ਲੈਂਦੇ ਵੇਲੇ ਡਿਵੀਜ਼ਨਲ ਕਮਿਸ਼ਨਰ ਹੋਰੇ ਮੁੱਖ ਮੈਡੀਕਲ ਅਧਿਕਾਰੀਆਂ ਰਿੰ ਕੀ ਆਖਿਆ ਜੀਓਪੀਐਮ ਸਿਹਤ ਯੋਜਨਾ ਤਹਿਤ ਬਕਾਇਆ ਰਹੰਦੇ ਸਭਨੇ ਲਾਭਾਰਥੀਆਂ ਦੇ ਨਾਮ ਦਰਜ ਕਰਵਾਉਣਾ ਯਕੀਨੀ ਬਣਾਨ ਉਹਨੇ ਜ਼ਿਲ੍ਹੇ ਚ ਕੋਵਿਡ ਵਿਖਪਾਲ ਸੁਵਿਧਾਏ ਤੇ ਤਰਜੀਹੀ ਗਰੁਪੇਨ ਦੇ ਟੀਕਾ ਕਰਨ ਵਾਲੇ ਕੰਮਾਂ ਦਾ ਵੀ ਜਾਇਜ਼ਾ ਲੇਤਾ ਡਿਵੀਜ਼ਨਲ ਕਮਿਸ਼ਨਰ ਹੋਰੇ ਜ਼ਿਲ੍ਹੇ ਚ ਬਖ ਬਖ ਕਲਿਆਣਕਾਰੀ ਯੋਜਨਾਏ ਦਾ ਵੀ ਜਾਇਜ਼ਾ ਲੇਤਾ ਉਹਨੇ ਸਰਬੰਧਤ ਅਧਿਕਾਰੀਆਂ ਗਿਆਖਿਆ ਜੀਓ ਸਮਾਜੀ ਸੁਰੱਖਿਆ ਤੇ ਲਾਭਾਰਥੀਆਂ ਲਈ ਚਲਾਈ ਕੇ ਦੀ ਸਭਨੇ ਯੋਜਨਾਏਂ ਕੀ ਬਿਲੈਸਰ ਪੂਰਾ ਕਰਵਾਨ ਇੰਦਰ ਸ਼ਾਸਤ ਪ੍ਰਦੇਸ਼ ਦੇ ਪ੍ਰਸ਼ਾਸਨ ਨੇ ਆਪਣੇ ਸੀਨੀਅਰ ਅਹਿਲਕਾਰਾਂ ਨੂੰ ਨਿਰਦੇਸ਼ ਦਿੱਤਾ ਹੈ ਜਿਓ ਆਮ ਲੋਕਾਂ ਦੇ ਮਸਲੇ ਕੀ ਆਪ ਨੂੰ ਜਈਏ ਸੁਣਨੇ ਜਾਂ ਫੋਨ ਜਾਂ ਵੀ ਵੀਡੀਓ ਕਾਨਫਰੰਸ ਦਰਾਂ ਸੁਣਨੇ ਲਈ ਸਮੇਂ ਮੁਕਰਰ ਕਰਨ ਇੱਕ ਉਕਮੈਚ ਆਮ ਪ੍ਰਸ਼ਾਸਨਿਕ ਵਿਭਾਗ ਦੇ ਕਮਿਸ਼ਨਰ ਸੈਕਟਰੀ ਮਨੋਜ ਕੁਮਾਰ ਦਵਿਵੇਦੀ ਹੋਰੀ ਆਖਿਆ ਹੈ ਕਿ ਕੋਵਿਡ ਮਹਾਮਾਰੀ ਦੇ ਮੌਜੂਦਾ ਹਾਲਾਤ ਦੇ ਚਲਦੇ ਆਮ ਲੋਕਾਂ ਕਰਨੇ ਸਰਕਾਰੀ ਅਫਸਰਾਂ ਦੀ ਗੱਲਬਾਤ ਵਾਲੇ سلسلے 'ਚ ਵਿਗਨ ਪਿਆ ਆਮ ਲੋਕਾਂ ਦੇ ਮਸਲਿਆਂ ਦੀ ਹੱਲ ਕਰਨ ਲਈ ਹੁਣ ਇਹ ਫੈਸਲਾ ਲੈਤਾ ਗਿਆ ਹੈ ਕਿ ਸਭਿਆ ਪ੍ਰਸ਼ਾਸਨਿਕ ਸਚਿਵ ਆਪਣੇ ਦੌਰੇ ਵਾਲੇ ਦਿਨਾਂ ਦੀ ਛੋੜੀ ਹੈ ਬਾਕੀ ਹਰ ਰੋਜ਼ ਦੁਪਹਿਰੀ 2:30 ਵਜੇ ਸ਼ਾ ਲਈ ਹੈ 3:30 ਵਜੇ ਤੋੜੀ ਉਪਲਬਧ ਰਹੋਗਨ ਇਸ ਮੀਟਿੰਗ ਲਈ ਤੈਅ ਕਾਰਜਕ੍ਰਮ ਟੈਲੀਫੋਨ ਨੰਬਰਾਂ ਤੇ ਵੈਬ ਲਿੰਕ ਵਗੈਰਾ ਦਾ ਵੱਡੇ ਪੈਮਾਨੇ 'ਤੇ ਪ੍ਰਚਾਰ ਕੀਤਾ ਜਾਗਾ ਰੱਖਿਆ ਸਚੀਵ ਅਜੀਤ ਕੁਮਾਰ ਉਰਯਾਂਖਿਆ ਜੀ ਵਿਸ਼ੇਸ਼ਗ્ય ਸਮੂਹ ਅਤੇ ਰਣਨੀਤੀ ਸਰਬੰਧੀ ਮਾਹਿਰਾਂ ਤਮਾ ਸੁਜਾਏ ਤੇ ਵਿਚਾਰਿਆਂ ਦੀ ਇਹ ਬੜੀ ਮਤੀ ਲੋੜ ਹੈ ਕਿ ਜੇ ਸੁਰੱਖਿਆ ਸਰਬੰਧੀ ਚੁਣੌਤੀਆਂ ਦੀ ਕਿਸਮ ਲਗਾਤਾਰ ਬਦਲਾ ਕਰਦੀ ਹੈ ਭਾਰਤ ਦੀ ਰਾਸ਼ਟਰੀ ਸੁਰੱਖਿਆ ਸਰਬੰਧੀ ਪ੍ਰਣਾਲੀ ਚ ਹਾਲਜ ਕੀਤੇ ਗਏ ਸੁਧਾਰੇ ਬਾਰੇ ਵਰਚੁਅਲ ਮਾਧਿਅਮ ਦੇ ਰਾਹੀਂ ਲੈਕਚਰ ਦਿੰਦੇ ਹੋਏ ਅਜੀਤ ਕੁਮਾਰ ਉਰਯਾਂਖਿਆ ਜੀ ਇਹ ਬੜਾ ਮਤਾ ਜ਼ਰੂਰੀ ਹੈ ਜੇ ਮਤਾ ਸਕਰੀਓ ਹੀ ਇਹ ਆਪਣੇ ਰਣਨੀਤਿਕ ਵਿਚਾਰ ਕਾਇਮ ਕੀਤੇ ਜਾਣ ਉਹਨੇ ਇਬਿਗਲਾਂ ਚ ਰੱਖਿਆ ਮੰਤਰਾਲੇ ਇਲਾ ਦੇ ਸੱਚ 8 7 10 ਵਿਸ਼ੇਸ਼ਗ્ય ਸਮੂਹ ਦੇ ਕੰਨੇ ਰਲ ਕੇ ਕੰਮ ਕਰਾ ਕਰਦਾ ਹੈ ਇਹ ਦੇ ਕੰਨ ਗਿਆ ਖਬਰਾਂ ਦਾ ਇਹ ਬੁਲੇਟਿਨ ਸਮਾਪਤ ਹੋਇਆ